ਅੰਮ੍ਰਿਤਸਰ ਦੇ ਵਿੱਚ ਕਿਸਾਨਾਂ ਵੱਲੋਂ ਅੱਜ ਭੰਡਾਰੀ ਪੁੱਲ ਨੂੰ ਜਾਮ ਕਰ ਦਿੱਤਾ ਗਿਆ ਹੈ। ਦਰਅਸਲ ਮਸਲਾ ਕੱਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀ ਬਹਿਸ ਬਸਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਅੱਜ ਗੁੱਸੇ 'ਚ ਆ ਕੇ ਕਿਸਾਨਾਂ ਵੱਲੋਂ ਅੱਜ ਪੂਰਾ ਰਸਤਾ ਜਾਮ ਕਰ ਦਿੱਤਾ ਗਿਆ ਹੈ। ਤਾਂ ਜਿਹੜਾ ਰਸਤਾ ਸ਼੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਹੈ ਉਹ ਵੀ ਸਾਰਾ ਬੰਦ ਹੈ ਅਤੇ ਮੇਨ ਭੰਡਾਰੀ ਪੁੱਲ ਜੋ ਕਿ ਲਾਈਫ ਲਾਈਨ ਕਹੀ ਜਾਂਦੀ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਿਅਸਤ ਰਹਿਣ ਵਾਲਾ ਭੰਡਾਰੀ ਪੁੱਲ ਇਸ ਵੇਲੇ ਜੋ ਹੈ ਉਹ ਬਿਲਕੁਲ ਸ਼ਾਂਤ ਹੈ। ਔਰ ਦੂਸਰੇ ਪਾਸੇ ਕਿਸਾਨਾਂ ਵੱਲੋਂ ਇੱਕ ਵੱਡਾ ਧਰਨਾ ਪ੍ਰਦਰਸ਼ਨ ਜਿਹੜਾ ਹੈ ਇੱਥੇ ਅਣਮਿੱਥੇ ਸਮੇਂ ਵਾਸਤੇ ਲਾ ਦਿੱਤਾ ਗਿਆ ਹੈ। ਤਾਂ ਉਸ ਧਰਨੇ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਦੇ ਉੱਤੇ ਇਹ ਹਾਲਾਤ ਨੇ ਲੋਕਾਂ ਦੇ। ਔਰ ਤੁਸੀਂ ਦੇਖੋ ਕਿ ਲੋਕਾਂ ਨੂੰ ਜਿਹੜਾ ਹੈ ਇਸ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਇਸ ਵੇਲੇ ਲੋਕ ਜਿਹੜੇ ਨੇ ਉਹ ਇੱਥੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਦੂਜੇ ਪਾਸੇ ਕਿਸਾਨ ਨਜ਼ਰ ਆ ਰਹੇ ਨੇ। ਤਾਂ ਤੁਸੀਂ ਵੇਖੋ ਕਿ ਕਿੱਡੀ ਲੰਬੀਆਂ ਵਾਹਨਾਂ ਦੀਆਂ ਕਤਾਰਾਂ ਹੈ ਜਿਹੜੀਆਂ ਇਸ ਵੇਲੇ ਤੁਹਾਨੂੰ ਇੱਥੇ ਨਜ਼ਰ ਆ ਰਹੀਆਂ ਹੋਣਗੀਆਂ। ਅਸੀਂ ਆਪਣੇ ਟੀ ਵੀ ਸਕਰੀਨ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੰਬੇ ਲੰਬੇ ਜਿਹੜੇ ਇਸ ਵੇਲੇ ਜਾਮ ਲੱਗ ਰਹੇ ਨੇ ਅਤੇ ਉਸ ਦੀ ਤਸਵੀਰ ਤੁਸੀਂ ਆਪਣੀ ਟੀ ਵੀ ਸਕਰੀਨ 'ਤੇ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇਸ ਵੇਲੇ ਜਿਹੜੇ ਲੋਕ ਆਏ ਨੇ ਜਿਹੜੇ ਕਿ ਇੱਥੇ ਹਰਿਮੰਦਰ ਸਾਹਿਬ ਵੀ ਜਾਣ ਵਾਸਤੇ ਆਏ ਨੇ ਉਹਨਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਹੋਰ ਵੀ ਲੋਕਾਂ ਨੂੰ ਖਾਸੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਕਿਸਾਨ ਆਗੂਆਂ ਨਾਲ ਵੀ ਗੱਲਬਾਤ ਕਰਾਂਗੇ। ਦੂਜੇ ਪਾਸੇ ਧਰਨੇ ਦੀ ਤਸਵੀਰ ਤਾਂ ਦਿਖਾਉਂਦੇ ਹਾਂ, ਭੰਡਾਰੀ ਪੁੱਲ ਵਾਲੇ ਪਾਸੇ ਜਿਹੜਾ ਮੇਨ ਭੰਡਾਰੀ ਪੁੱਲ ਦਾ ਚੌਂਕ ਹੈ ਉੱਥੇ ਦੇਖੋ ਕਿਸ ਤਰ੍ਹਾਂ ਵੱਡੇ ਪੱਧਰ ਦੇ ਉੱਤੇ ਇੱਥੇ ਧਰਨਾ ਲਗਾ ਦਿੱਤਾ ਗਿਆ ਹੈ ਅਤੇ ਕਿਸਾਨਾਂ ਵੱਲੋਂ ਪੂਰਨ ਤੌਰ ਦੇ ਉੱਤੇ ਜਿਹੜਾ ਹੈ ਇਸ ਨੂੰ ਜਾਮ ਕਰ ਦਿੱਤਾ ਗਿਆ ਹੈ। ਤਾਂ ਇਹ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਅਤੇ ਲੋਕ ਕਿਸ ਤਰੀਕੇ ਦੇ ਨਾਲ ਇੱਥੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੋਕਾਂ ਨੂੰ ਖੱਜਲ ਖੁਆਰੀ ਹੋ ਰਹੀ ਹੈ। ਔਰ ਦੇਖੋ ਜਿਹੜੇ ਲੋਕ ਜਾ ਰਹੇ ਸੀ ਅਚਾਨਕ ਉਹਨਾਂ ਨੂੰ ਜਾਮ ਦਾ ਸਾਹਮਣਾ ਕਰਨਾ ਪਿਆ। ਤਾਂ ਇਸ ਵੇਲੇ ਕਿਸਾਨ ਆਗੂ ਵੀ ਸਾਡੇ ਨਾਲ ਮੌਜੂਦ ਨੇ। ਤਾਂ ਤੁਹਾਨੂੰ ਧਰਨੇ ਦੀ ਤਸਵੀਰ ਦਿਖਾ ਰਹੇ ਹਾਂ ਕਿ ਪੂਰਨ ਤੌਰ ਦੇ ਉੱਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਕਿ ਉਹਨਾਂ ਵੱਲੋਂ ਜਿਹੜਾ ਹੈ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਬਿਲਕੁਲ ਕੀ ਕਹਿਣਾ ਚਾਹੋਗੇ ਅੱਜ ਕੀ ਮਕਸਦ ਹੈ ਧਰਨੇ ਦਾ? ਧਰਨੇ ਦਾ ਮਕਸਦ ਇਹੋ ਹੀ ਆ ਸਾਡਾ, ਜਿਹੜਾ ਸਾਡੇ ਲੀਡਰ ਦੇ ਨਾਲ ਧੱਕਾ ਹੋਇਆ ਵਾ ਉਹ ਧੱਕੇ ਦੇ ਖਿਲਾਫ ਸਾਡੀ ਸੰਗਤ ਜਿਹੜੀ ਆ ਉਹ ਇਕੱਠੀ ਹੋਈ ਆ। ਅਸੀਂ ਇਹ ਮਤਲਬ ਜਿਹੜਾ ਵਾ ਧੱਕਾ ਨਹੀਂ ਜਰਾਂਗੇ ਅੱਗੇ ਤੋਂ ਵੀ। ਜੇ ਕੋਈ ਗੱਲ ਬੈਂਕ ਦੀ ਪ੍ਰੋਪਰਟੀ ਸੀ ਸਾਰੀ, ਵੇਖੋ ਜੀ ਬੈਂਕ ਦੀ ਪ੍ਰੋਪਰਟੀ ਸੀ ਉਹ ਬਹਿ ਕੇ ਮਸਲਾ ਹੱਲ ਹੋ ਸਕਦਾ ਵਾ, ਪਰ ਉਹਨਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਆ ਅੱਜ ਉਹ ਕਿੱਧਰ ਜਾਣਗੇ? ਜੇ ਉਹਨਾਂ ਬੱਚਿਆਂ ਨੂੰ ਅੱਜ ਘਰ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਵਾ ਉਹਨਾਂ ਦਾ ਕੌਣ ਵਾਲੀ ਵਾਰਸ ਆ? ਉਹਨਾਂ ਨੂੰ ਕੌਣ ਸਾਂਭੂਗਾ? ਕਿੱਧਰ ਜਾਣਗੇ ਬੱਚੇ ਉਹ? ਤੁਹਾਡੇ ਨਾਲ ਕੀ ਧੱਕੇ ਹੈ? ਧੱਕੇ ਜੀ ਸਾਡੇ ਜੋ ਜ਼ਿਲ੍ਹਾ ਪ੍ਰਧਾਨ ਆ ਬਾਬਾ ਕਰਮਜੀਤ ਜੀ ਉਹਨਾਂ ਨੂੰ ਜਿਹੜਾ ਇਹਨਾਂ ਨੇ ਮਤਲਬ ਧੱਕੇ ਮਾਰੇ ਆ, ਇੱਕ ਸਾਡੇ ਸੀਨੀਅਰ ਲੀਡਰ ਨੇ, ਅਸੀਂ ਉਹਨਾਂ ਦੇ ਧੱਕੇ ਜਿਹੜੇ ਉਹ ਨਹੀਂ ਬਰਦਾਸ਼ਤ ਕਰਾਂਗੇ, ਉਹਨਾਂ ਦੇ ਧੱਕੇ ਬਰਦਾਸ਼ਤ ਨਹੀਂ ਕਰਾਂਗੇ। ਉਹ ਬਹਿ ਕੇ ਮਸਲਾ ਹੱਲ ਹੋ ਜਾਂਦਾ ਜੀ, ਉਹਦੇ ਬਹਿ ਕੇ ਵੀ ਮਸਲਾ ਹੱਲ ਹੋ ਜਾਂਦਾ। ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਬੈਂਕ ਦੇ ਨਾਲ ਇਹਨਾਂ ਦਾ ਇੱਕ ਮਫਾਦ ਸੀ ਕਿਉਂਕਿ ਬੈਂਕ ਇੱਕ ਪ੍ਰੋਪਰਟੀ ਸੀਜ਼ ਕਰਨ ਵਾਸਤੇ ਪਹੁੰਚਿਆ ਸੀ ਤਾਂ ਉੱਥੇ ਜਿਹੜਾ ਹੈ ਜਦੋਂ ਪ੍ਰੋਪਰਟੀ ਸੀਜ਼ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਆਪਸ 'ਚ ਵਿਵਾਦ ਹੋ ਜਾਂਦਾ ਹੈ। ਤਾਂ ਦੂਜੇ ਪਾਸੇ ਤੁਹਾਨੂੰ ਇੱਕ ਵਾਰ ਫਿਰ ਧਰਨੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਧਰਨਾ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਪੂਰਾ ਲੱਗ ਗਿਆ ਹੈ ਅਤੇ ਪੂਰਾ ਭੰਡਾਰੀ ਪੁੱਲ ਇਸ ਵੇਲੇ ਪੂਰਾ ਸ਼ਹਿਰ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਬੰਦ ਹੋ ਚੁੱਕਾ ਹੈ, ਲਾਈਫ ਲਾਈਨ ਆਲਮੋਸਟ ਜਿਹੜੀ ਹੈ ਬੰਦ ਹੋ ਚੁੱਕੀ ਹੈ ਕਿਉਂਕਿ ਇਸ ਵੇਲੇ ਕਿਉਂਕਿ ਇਹ ਇੱਕ ਮੇਨ ਰਸਤਾ ਹੈ, ਇਹ ਮੇਨ ਰਸਤਾ ਇਸ ਕਰਕੇ ਹੈ ਕਿ ਸਾਰੇ ਸ਼ਹਿਰ ਦੀ ਟ੍ਰੈਫਿਕ ਜਿਹੜੀ ਹੈ ਉਹ ਇੱਥੋਂ ਹੀ ਇੱਕ ਦੂਸਰੇ ਜਗ੍ਹਾ 'ਤੇ ਜਾਂਦੀ ਹੈ। ਲੇਕਿਨ ਉੱਥੇ ਜਿਹੜਾ ਹੈ ਅੱਜ ਇਹ ਪੂਰਨ ਤੌਰ ਦੇ ਉੱਤੇ ਧਰਨਾ ਪ੍ਰਦਰਸ਼ਨ ਤੁਸੀਂ ਆਪਣੀ ਟੀ ਵੀ ਸਕਰੀਨ 'ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਤੁਹਾਨੂੰ ਲੰਬੇ ਜਾਮ ਵੀ ਨਜ਼ਰ ਆਉਂਦੇ ਹੋਣਗੇ। ਤਾਂ ਇਸ ਵੇਲੇ ਜਿਹੜੇ ਕਿਸਾਨ ਜਿਹੜੇ ਨੇ ਇੱਥੇ ਨਜ਼ਰ ਆ ਰਹੇ ਨੇ। ਤਾਂ ਬਿਲਕੁਲ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਸੀਂ
ਲਗਾਤਾਰ ਕਿ ਕਿਸ ਤਰੀਕੇ ਦੇ ਨਾਲ ਇੱਥੇ ਕਿਸਾਨਾਂ ਵੱਲੋਂ ਵੱਡੇ ਪ੍ਰਦਰਸ਼ਨ ਦੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ। ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਭਾਅ ਜੀ ਕੀ ਕਹਿਣਾ ਚਾਹੋਗੇ ਕੀ ਗੁਰੂ ਨਗਰੀ ਦੇ ਵਿੱਚ ਬੈਠੇ ਸਾਡਾ ਜੀ ਨਹੀਂ ਕਰਦਾ। ਬਿਲਕੁਲ, ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਦਾ ਕਹਿਣਾ ਕਿ ਚਾਹੇ ਪੈਸੇ ਦਾ ਮਸਲਾ ਸੀ ਜਾਂ ਕੁਛ ਵੀ ਸੀ, ਲੇਕਿਨ ਬਰਦਾਸ਼ਤ ਨਹੀਂ ਕੀਤਾ ਜਾਏਗਾ। ਤਾਂ ਇਹ ਜਿਹੜਾ ਹੈ ਕਿਸ ਤਰੀਕੇ ਨਾਲ ਇੱਥੇ ਪ੍ਰੋਟੈਸਟ ਕਰ ਰਹੇ ਨੇ, ਤਾਂ ਉਸ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਦੂਜੇ ਪਾਸੇ ਵੱਡਾ ਜਾਮ ਜਿਹੜਾ ਜਲੰਧਰ ਵਾਲੇ ਪਾਸੇ ਨੂੰ ਹੈ, ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇੱਥੇ ਵੱਡਾ ਜਾਮ ਲਗਾ ਦਿੱਤਾ ਗਿਆ ਹੈ। ਔਰ ਸ਼ਹਿਰ ਦੀ ਅਗਰ ਲਾਈਫ ਲਾਈਨ ਦੀ ਗੱਲ ਕਰੀਏ ਤਾਂ ਬਿਲਕੁਲ ਇਸ ਵੇਲੇ ਤੁਸੀਂ ਵੇਖੋ ਕਿ ਜਿਹੜਾ ਇਸ ਵੇਲੇ ਪ੍ਰੋਬਲਮ ਫਸਦੀ ਹੋਈ ਨਜ਼ਰ ਆ ਰਹੀ ਹੈ, ਔਰ ਜਿਹੜਾ ਹੈ ਇਹਨੂੰ ਦਿੱਕਤ ਕਹਾਂਗੇ ਜਾਂ ਇੱਕ ਸ਼ਹਿਰ ਵਾਸਤੇ ਇਹ ਆਪਦਾ ਹੈ। ਜਿਹਨਾਂ ਲੋਕਾਂ ਨੇ ਕਿਤੇ ਕੰਮ 'ਤੇ ਜਾਣਾ ਹੈ ਉਹ ਵੀ ਬੰਦ ਨੇ, ਐਂਬੂਲੈਂਸ ਤੱਕ ਇਸ ਵੇਲੇ ਜਿਹੜੀ ਹੈ ਉਹ ਫਸੀ ਹੋਈ ਨਜ਼ਰ ਆ ਰਹੀ ਹੈ। ਤਾਂ ਕਿਸੇ ਤਰ੍ਹਾਂ ਦਾ ਕੋਈ ਵੀ ਇਸੇ ਬਿਲਕੁਲ ਅਗਰ ਹੌਸਪੌਸ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਦੇ ਨਾਲ ਕਿਸਾਨ ਵੇਖੋ ਇੱਥੇ ਨਜ਼ਰ ਆ ਰਹੇ ਨੇ, ਲਗਾਤਾਰ ਜਾਮ ਦੀਆਂ ਤਸਵੀਰਾਂ, ਐਂਬੂਲੈਂਸ ਵੀ ਫਸੀ ਹੋਈ ਹੈ ਔਰ ਐਂਬੂਲੈਂਸ ਨੂੰ ਤੁਸੀਂ ਵੇਖੋ ਕਿ ਤਸਵੀਰ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਅੰਮ੍ਰਿਤਸਰ ਤੋਂ ਭੰਡਾਰੀ ਪੁੱਲ ਪੂਰਨ ਤੌਰ ਦੇ ਉੱਤੇ ਜਾਮ ਕਰ ਦਿੱਤਾ ਗਿਆ ਹੈ। ਤਾਂ ਭੰਡਾਰੀ ਪੁੱਲ ਦੇ ਜਾਮ ਦੀ ਤਸਵੀਰ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਇੱਥੇ ਜਾਮ ਕੀਤਾ ਗਿਆ ਹੈ ਔਰ ਕਿਸੇ ਨੂੰ ਵੀ ਆਉਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਦੱਸਣਾ ਚਾਹਾਂਗੇ ਕਿ ਕਿਸਾਨਾਂ ਦਾ ਕੱਲ੍ਹ ਇੱਕ ਵਿਵਾਦ ਹੋਇਆ ਸੀ। ਦਰਅਸਲ ਨੰਗਲੀ ਪਿੰਡ ਦੇ ਵਿੱਚ ਇੱਕ ਬੈਂਕ ਦੀ ਇੱਕ ਪ੍ਰੋਪਰਟੀ ਸੀ, ਬੈਂਕ ਨੇ ਉਸ ਜਗ੍ਹਾ ਦੇ ਉੱਤੇ ਕੇਸ ਕੀਤਾ ਸੀ। ਉਹਦੇ ਵਿੱਚ ਜਦੋਂ ਕੁਰਕੀ ਕਰਨ ਵਾਸਤੇ ਜਾਂਦੇ ਨੇ ਉੱਥੇ ਇਹ ਵਿਵਾਦ ਹੁੰਦਾ ਹੈ। ਨੰਗਲੀ ਪਿੰਡ ਦੇ ਵਿੱਚ ਜਦੋਂ ਬੈਂਕ ਕੁਰਕੀ ਕਰਨ ਜਾਂਦਾ ਹੈ ਤਾਂ ਉੱਥੇ ਅਧਿਕਾਰੀਆਂ ਅਤੇ ਜਿਹੜਾ ਹੈ ਕਿਸਾਨਾਂ ਵਿਚਾਲੇ ਵਿਵਾਦ ਹੁੰਦਾ ਹੈ, ਜਿਸਦੇ ਵਿੱਚ ਧੱਕਾ ਮੁੱਕੀ ਹੁੰਦੀ। ਉਸਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਹੁਣ ਜਿਹੜਾ ਹੈ ਉਹ ਪ੍ਰੋਪਰਟੀ ਸੀ, ਕਿਸਾਨਾਂ ਦਾ ਕਹਿਣਾ ਵਾਪਸ ਨਹੀਂ ਦੇਣਗੇ, ਚਾਹੇ ਉਹਨਾਂ ਨੇ ਬੈਂਕ ਦੇ ਪੈਸੇ ਦੇਣੇ ਹੈ ਉਹ ਬਾਅਦ ਦੇ ਵਿੱਚ ਫੈਸਲਾ ਕੀਤਾ ਜਾਏਗਾ। ਲੇਕਿਨ ਮੌਕੇ 'ਤੇ ਉਹਨਾਂ ਨੇ ਉਹਨੂੰ ਬੈਂਕ ਨੂੰ ਕੁਰਕੀ ਕਰਨ ਨਹੀਂ ਦਿੱਤੀ, ਜਿਸ ਤੋਂ ਬਾਅਦ ਪੂਰਾ ਵਿਵਾਦ ਹੋਇਆ ਅਤੇ ਵਿਵਾਦ ਇੰਨਾ ਵੱਧ ਗਿਆ ਕਿ ਹਾਰ ਕੇ ਹੁਣ ਅੱਜ ਗੁੱਸੇ 'ਚ ਆ ਕੇ ਕਿਸਾਨਾਂ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ। ਦੱਸਣਾ ਚਾਹਾਂਗੇ ਕਿ ਅੰਮ੍ਰਿਤਸਰ ਦਾ ਭੰਡਾਰੀ ਪੁੱਲ ਜਾਮ ਕਰ ਦਿੱਤਾ ਗਿਆ ਹੈ। ਤਾਂ ਕਿਸਾਨਾਂ ਵੱਲੋਂ ਲੰਬੇ ਸਮੇਂ ਵਾਸਤੇ ਇਸ ਨੂੰ ਕਿਹਾ ਗਿਆ ਹੈ ਜਾਮ ਰੱਖਿਆ ਜਾਏਗਾ, ਲੇਕਿਨ ਜਿਸ ਤਰੀਕੇ ਦੇ ਨਾਲ ਜਾਮ ਹੈ, ਆਮ ਜਨਤਾ ਤੁਸੀਂ ਵੇਖੋ ਕਿ ਆਮ ਜਨਤਾ ਦੀ ਖੱਜਲ ਖੁਆਰੀ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਵੱਡੇ ਜਾਮ। ਤੁਹਾਨੂੰ ਦਿਖਾਵਾਂਗੇ ਦੂਸਰੇ ਪਾਸੇ ਕਿ ਜਦੋਂ ਤੁਸੀਂ ਇੱਕ ਚੌਂਕ ਤੋਂ ਇੱਧਰ ਆਉਂਦੇ ਨੇ ਤਾਂ ਕਿਸ ਤਰ੍ਹਾਂ ਦੀ ਲੋਕਾਂ ਨੂੰ ਦਿੱਕਤ ਆਉਂਦੀ ਹੈ, ਉਹਦੀ ਤਸਵੀਰ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ। ਹਾਂਜੀ ਭਾਅ ਜੀ, ਕੀ ਦਿੱਕਤ ਆ ਰਹੀ ਹੈ? ਭਾਅ ਜੀ, ਟ੍ਰੈਫਿਕ ਦੀ ਦਿੱਕਤ ਹੈਗੀ ਜੀ, ਜਾਣਾ ਸੀ ਕੰਮ 'ਤੇ, ਹੁਣ ਰੁਕੇ ਹੋਏ ਹਾਂ। ਵੇਖੋ ਤੁਹਾਡੇ ਸਮੇਂ ਉਹ ਕਾਰ ਲੈਣੀ ਸੀ ਪਾਰਕਿੰਗ 'ਚੋਂ, ਉਹ ਸਾਰਾ ਰਸਤਾ ਬੰਦ, ਹੁਣ ਚੱਲੇ ਹਾਂ ਬਾਈਕ 'ਤੇ ਹੀ। ਸਰ, ਕੀ ਦਿੱਕਤ ਆ ਰਹੀ ਹੈ ਜੀ? ਟ੍ਰੈਫਿਕ ਦੀ ਦਿੱਕਤ ਆ ਰਹੀ ਹੈ ਭਾਅ ਜੀ, ਜਿਸ ਤਰ੍ਹਾਂ ਆਫਿਸ ਤੋਂ ਲੇਟ ਹੋਏ ਆਪਾਂ ਪਹਿਲਾਂ, ਤਾਂ ਹੁਣ ਆਪਾਂ ਮਾਰਕੀਟ ਜਾਣਾ, ਗੱਡੀ ਲੈਣੀ ਸੀ ਆਪਾਂ, ਇੱਥੇ ਪਾਰਕਿੰਗ ਹੈਗੀ ਅੱਡੀ 'ਤੇ, ਅਤੇ ਉਹਦੇ ਕਰਕੇ ਉਹਨਾਂ ਨੂੰ ਬਾਈਕ 'ਤੇ ਜਾਣਾ ਪੈਣਾ। ਬਿਲਕੁਲ, ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਸ ਵੇਲੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਟਰੈਕਟਰ ਟਰਾਲੀਆਂ ਲਾ ਕੇ ਪੂਰਾ ਰਸਤਾ ਤੁਸੀਂ ਦੇਖੋ ਜਾਮ ਹੈ। ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਤਸਵੀਰਾਂ ਤੁਸੀਂ ਦੇਖੋ ਤੁਹਾਨੂੰ ਨਜ਼ਰ ਆਉਣਗੀਆਂ। ਹਰ ਪਾਸੇ ਜਿਹੜਾ ਹੈ ਇਸ ਵੇਲੇ ਟ੍ਰੈਫਿਕ ਜਿਹੜਾ ਹੈ ਤੁਹਾਨੂੰ ਨਜ਼ਰ ਆ ਰਿਹਾ ਹੈ, ਔਰ ਟ੍ਰੈਫਿਕ ਜਿਹੜਾ ਹੈ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਸਵੀਰ ਲਗਾਤਾਰ ਦਿਖਾ ਰਹੇ ਹਾਂ। ਭਾਅ ਜੀ, ਕੀ ਕਹਿਣਾ ਚਾਹੋਗੇ, ਕੀ ਦਿੱਕਤ ਆ ਰਹੀ ਹੈ? ਹਾਂਜੀ, ਕੀ ਦਿੱਕਤ ਆ ਰਹੀ ਹੈ? ਜਾਮ ਹੈ ਪੁੱਲ, ਦਿੱਕਤ ਹੀ ਦਿੱਕਤ ਹੈ ਭਾਅ ਜੀ, ਜਾਮ ਹੀ ਜਾਮ ਹੈ, ਜਿੱਧਰ ਵੇਖੋ ਰਸਤਾ ਨਹੀਂ ਮਿਲਦਾ ਜਾਣ ਨੂੰ।
ਲੇਟ ਹੁੰਦਾ ਅਗਲੇ ਡੀਕਣ ਦਾ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੈ ਭਾਜੀ। ਕੀ ਹੈ ਮਤਲਬ ਕੀ ਕਰਨਾ ਚਾਹੀਦਾ, ਪੁੱਲ ਬੰਦ ਹੋਣਾ ਚਾਹੀਦਾ? ਨਹੀਂ ਭਾਜੀ, ਇੱਕ ਸਕਿੰਟ ਵਾਸਤੇ ਪੁੱਲ ਨਹੀਂ ਬੰਦ ਹੋ ਜਾਣਾ ਹੋਣਾ ਚਾਹੀਦਾ। ਇਹ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਸਖਤੀ ਵਰਤਣੀ, ਅਤੇ ਜਿਹੜੇ ਲਾਉਂਦੇ ਆ ਧਰਨੇ ਧੁਰਨੇ ਇਹਨਾਂ ਨੂੰ ਸਾਈਡ 'ਤੇ ਕਰਨਾ ਚਾਹੀਦਾ ਵਾ, ਅਤੇ ਆਮ ਜਨਤਾ ਨੂੰ ਆ ਜਿਹੜਾ ਸਹੂਲਤ ਮਿਲਣੀ ਚਾਹੀਦੀ ਆ। ਤੁਸੀਂ ਦੇਖੋ ਇੱਕ ਔਰਤ ਵੱਲੋਂ, ਇੱਕ ਔਰਤ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ, ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪੁੱਲ ਦੇ ਉੱਤੇ ਖੜ੍ਹੇ ਹੋ ਕੇ ਗੜਗੜਾ ਰਹੀ ਔਰਤ, ਤਾਂ ਉਸ ਦੀ ਤਸਵੀਰ ਦਿਖਾ ਰਹੇ ਹਾਂ ਕਿ ਮੈਡਮ ਕੀ ਦਿੱਕਤ ਆ ਰਹੀ ਹੈ ਤੁਹਾਨੂੰ, ਕੀ ਕਹਿਣਾ? ਦੇਖੋ ਮੈਂ ਬੇਟੇ ਨੂੰ ਸਕੂਲ ਤੋਂ ਲੈ ਕੇ ਆਈ ਹਾਂ, ਠੀਕ ਨਹੀਂ ਹੈ, ਉਹਨੂੰ ਜਾਣ ਨਹੀਂ ਦੇ ਰਹੇ ਰਸਤਾ, ਰਸਤਾ ਬੰਦ ਕੀਤਾ ਹੋਇਆ ਸਾਰਾ। ਕੀ ਕਹਿੰਦੇ ਆ? ਕਹਿੰਦੇ ਨਹੀਂ ਖੋਲਣਾ, ਪ੍ਰਸ਼ਾਸਨ ਨਾਲ ਗੱਲ ਕਰੋ। ਅੱਛਾ ਜੀ। ਹੁਣ ਜਿਹੜਾ ਇੱਥੇ ਫਸਿਆ ਡੇਢ ਘੰਟੇ ਤੋਂ ਪ੍ਰਸ਼ਾਸਨ ਨਾਲ ਕੀ ਗੱਲ ਕਰੇ? ਉਹ ਦੇਖੋ ਐਕਟਿਵਾ 'ਤੇ ਬੈਠਾ ਬੇਟਾ। ਛੁੱਟੀ ਦਾ ਟਾਈਮ ਹੈ, ਕੀ ਕਰਨਗੇ? ਪ੍ਰਸ਼ਾਸਨ ਨਾਲ ਤੁਸੀਂ ਗੱਲ ਕਰੋ, ਬਾਕੀਆਂ ਨੂੰ ਕਿਉਂ ਤੰਗ ਕਰ ਰਹੇ ਹੋ? ਮੈਂ ਸਿਟੀ ਸਾਈਡ ਜਾਣਾ ਹੈ ਬੇਟੇ ਡਾਕਟਰ ਤੇ ਲੈ ਕੇ। ਲੜਾਈ ਪ੍ਰਸ਼ਾਸਨ ਦੇ ਨਾਲ, ਪ੍ਰਸ਼ਾਸਨ ਰਾਹ ਹੋਰ ਵੀ ਹੈਗੇ ਆ, ਇੱਕ ਨੀ ਆ, ਬੜੇ ਰਾਹ ਵਾ, ਇਹ ਨੀ ਕਹਿੰਦੇ ਵੀ ਰਾਹ ਨੀ ਹੈਗੇ, ਬੜੇ ਰਾਹ ਵਾ, ਕੋਈ ਗੱਲ ਨੀ, ਪ੍ਰਬੰਧ ਕਰਨਾ। 2 ਘੰਟੇ ਬੰਦ ਆ, 3 ਘੰਟੇ ਬੰਦ ਆ ਭਾਜੀ, ਹੁਣ ਟਾਈਮ ਆ, ਆਪੇ ਖੁੱਲ ਜਾਣਾ। ਮੈਡਮ ਕੀ ਕਹਿਣਾ ਚਾਹੋਗੇ, ਕੀ ਦਿੱਕਤ? ਕੁਛ ਨਹੀਂ, ਬੱਚਿਆਂ ਲੈਣ ਜਾਣਾ ਬਹੁਤ ਪਰੇਸ਼ਾਨੀ ਹੈਗੀ ਆ, ਚਾਰ ਪਾਸੇ ਘੁੰਮਾਇਆ, ਕਿਤੇ ਜਗ੍ਹਾ ਨਹੀਂ ਮਿਲਦੀ ਵੀ ਜਾਣ ਲਈ, ਬੱਚੇ ਛੋਟੇ ਆ, ਨਰਸਰੀ 'ਚ ਪੜ੍ਹਦੇ ਪਏ ਨੇ, ਹੁਣ ਕਿੱਦਾਂ ਲੈਣ ਜਾਈਏ? ਸਾਰੇ ਪਾਸੇ ਬੰਦ ਪਿਆ ਹੋਇਆ, ਛੋਟੇ ਬੱਚੇ ਥੋੜ੍ਹੇ ਦੇਖਦੇ ਨੇ ਕਿ ਸਾਡੇ ਮਾਂ ਪਿਓ ਉਡੀਕਦੇ ਪਏ ਨੇ ਸਾਨੂੰ। ਕਹਿਣਾ ਕੁਛ ਨਹੀਂ ਚਾਹੁੰਦੇ, ਹੁਣ ਸਾਨੂੰ ਨਹੀਂ ਪਤਾ ਇਹਨਾਂ ਦੀ ਕੀ ਪ੍ਰੋਬਲਮ ਹੈ, ਕੀ ਚੱਲਦਾ ਪਿਆ, ਲੇਕਿਨ ਆਮ ਜਨਤਾ ਤਾਂ ਪਰੇਸ਼ਾਨ ਹੋ ਰਹੀ ਹੈ ਨਾ। ਹੁਣ ਤੁਸੀਂ ਆਪ ਦੱਸੋ, ਇਹਨਾਂ ਨੂੰ ਦੱਸੋ, ਇਹ ਸਾਨੂੰ ਦੱਸਣ ਕਿ ਆਪਾਂ ਕਿੱਧਰੋਂ ਜਾਈਏ? ਬੱਚੇ ਰੋਂਦੇ ਨੇ ਸਾਡੇ ਸਕੂਲਾਂ ਦੇ, ਤੇ ਜਿਹੜਾ ਕੋਈ ਜਿੰਨਾ ਨਾ, ਤੁਸੀਂ ਦੇਖ ਸਕਦੇ ਹੋ ਕਿ ਲੋਕ ਵੀ ਆਪਣੀ ਮੁਸ਼ਕਲ ਦੱਸ ਰਹੇ ਨੇ, ਕਿਸਾਨ ਵੀ ਆਪਣੀ ਮੁਸ਼ਕਲ ਦੱਸ ਰਹੇ ਨੇ, ਲੇਕਿਨ ਲਗਾਤਾਰ ਧਰਨਾ ਜਾਰੀ ਹੈ। ਔਰ ਦੱਸਣਾ ਚਾਹਾਂਗੇ ਕਿ ਨੰਗਲੀ ਪਿੰਡ ਦੇ ਵਿੱਚ ਇੱਕ ਬੈਂਕ ਆਪਣੀ ਜ਼ਮੀਨ, ਜਿਹੜੀ ਇੱਕ ਦੁਕਾਨ ਸੀ, ਉੱਥੇ ਹੀ ਕਬਜ਼ਾ ਲੈਣ ਕਰਕੇ ਗਿਆ, ਅਤੇ ਉੱਥੇ ਕਿਸਾਨਾਂ ਦੇ ਨਾਲ ਆਪਸੀ ਵਿਵਾਦ ਹੁੰਦਾ, ਅਤੇ ਜਿਸ ਤੋਂ ਬਾਅਦ ਅੱਜ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ, ਅਤੇ ਭੰਡਾਰੀ ਪੁੱਲ ਪੂਰਨ ਤੌਰ 'ਤੇ ਜਾਮ ਕਰਤਾ ਗਿਆ। ਉਹਨੇ ਕਿਹਾ ਜਿੰਨੀ ਦੇਰ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਇਹ ਧਰਨਾ ਚੱਲਦਾ ਰਹੂਗਾ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।